हेलो वेलकम अगेन हियर ऑन माय चैनल जानकारी हित माय सेल्फ हित अभिलाषी शर्मा। एक बार फिर बड़ा इंपॉर्टेंट इशू थोड़े नाल मैं इकोनॉमिक्स का जरा इतने साझा करन जा रहे हैं। इकोनॉमिक्स की बैकबोन है नियम है लॉ ऑफ डिमांड। वी विल डिस्कस दिस लॉ इन वेरी डिटेल ताकि कदे भी ना भूलूँ। तो सारा कॉन्सेप्ट तुम्हें बिल्कुल क्लीयर हो जाएगा। वीडियो में शुरू तो लेके एंड तक देखो। लेट्स मूव अहेड विद मी विद टुडेज कॉन्सेप्ट ऑफ लॉ ऑफ डिमांड इन अ वेरी डिटेल एंड सिंपल वे। यस डियर स्टूडेंट, टुडेज टॉपिक द फर्स्ट पार्ट इज लॉ ऑफ डिमांड। मांग का नियम की है। सानू सारे नू एक बेसिक कॉन्सेप्ट पता होना चाहिए कि जो असं मांग के नियम की गल करते हैं, ये सानू किसी वस्तु के प्राइस से उसकी मांग के बीच जो रिलेशन है उन्हों दिखाने वाला नियम है। वस्तु के प्राइस का वस्तु की डिमांड पर की इंपैक्ट पैंदा है, इस रिलेशनशिप को दिखाने वाले नियम को असी मांग का नियम कहने हैं। लॉ ऑफ डिमांड आई कैन आल्सो से इन दिस वे, लॉ ऑफ डिमांड एक्सप्लेन्स द रिलेशनशिप बिटवीन द प्राइस ऑफ एनी कमोडिटी एंड द डिमांड ऑफ दैट कमोडिटी। According to law of demand, there is a inverse relationship between price and demand of any commodity. ਜਿਹੜਾ ਮੰਗ ਦਾ ਨਿਯਮ ਹੈ ਦੇ ਅਨੁਸਾਰ ਵਸਤੂ ਦੀ ਪ੍ਰਾਈਸ ਅਤੇ ਉਸ ਵਸਤੂ ਦੀ ਮੰਗ ਦੇ ਵਿੱਚ ਹਮੇਸ਼ਾ ਇੱਕ ਇਨਵਰਸ ਉਲਟਾ ਰਿਲੇਸ਼ਨ ਹੁੰਦਾ ਹੈ। ਉਲਟਾ ਰਿਲੇਸ਼ਨ ਮਤਲਬ ਤੁਮ ਉਧਰ ਚਲੋ ਮੈਂ ਉਧਰ ਚੱਲੂੰਗਾ। ਅਗਰ ਵਸਤੂ ਦਾ ਪ੍ਰਾਈਸ ਵੱਧਦਾ ਹੈ ਕਿਸੇ ਕਾਰਨ ਕਰਕੇ ਤਾਂ ਵਸਤੂ ਦੀ ਡਿਮਾਂਡ ਦੇ ਵਿੱਚ ਕਮੀ ਆਉਂਦੀ ਹੈ, ਜੇਕਰ ਪ੍ਰਾਈਸ ਘੱਟਦਾ ਤਾਂ ਡਿਮਾਂਡ ਵੱਧ ਜਾਂਦੀ ਹੈ। ਦੈਟ ਇਜ਼ ਇਨਵਰਸ ਰਿਲੇਸ਼ਨ, ਉਲਟਾ ਸੰਬੰਧ ਹੈ ਇਹਨਾਂ 'ਚ। ਲਾਅ ਆਫ ਡਿਮਾਂਡ ਐਕਸਪਲੇਨ ਵੈਨ ਐਵਰ ਦੇਰ ਇਜ਼ ਇਨਕਰੀਜ਼ in the price of any commodity, the demand is going to decrease or fall. We can say if there is decrease in the price of that commodity, then the demand is going to increase. ਸਮਝ ਲੱਗਿਆ ਇਸ ਗੱਲ ਨੂੰ? ਜੇਕਰ ਅਸੀਂ ਹੋਰ ਐਕਸਪਲੇਨ ਕਰਨਾ ਹੋਵੇ ਲਾਅ ਆਫ ਡਿਮਾਂਡ ਨੂੰ ਇਕਨੋਮਿਕਸ ਦੇ ਬਾਕੀ ਨਿਯਮ ਦੀ ਤਰ੍ਹਾਂ, ਅਸੀਂ ਇੱਕ ਪ੍ਰੈਕਟੀਕਲੀ ਇਗਜ਼ਾਮਪਲ ਲਵਾਂਗੇ, ਇੱਕ ਸ਼ੈਡਿਊਲ ਬਣਾਵਾਂਗੇ ਅਤੇ ਫਿਰ ਇੱਕ ਡਾਇਗਰਾਮ ਬਣਾ ਕੇ ਇਹਨੂੰ ਪੇਸ਼ ਕਰਾਂਗੇ। ਆਓ ਸਭ ਤੋਂ ਪਹਿਲਾਂ ਅਸੀਂ ਇਹਦੇ ਨੂੰ ਇੱਕ ਸ਼ੈਡਿਊਲ ਦੇ ਰੂਪ ਦੇ ਵਿੱਚ ਦੇਖਦੇ ਹਾਂ, ਇੱਕ ਸਾਰਨੀ ਬਣਾ ਕੇ ਲਾਅ ਆਫ ਡਿਮਾਂਡ ਨੂੰ ਐਕਸਪਲੇਨ ਕਰਨ ਦੇ ਲਈ। ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ। ਯੈਸ ਡੀਅਰ ਸਟੂਡੈਂਟ, ਜਸਟ ਸੀ ਦਿਸ ਸ਼ੈਡਿਊਲ, ਜੋ ਇਹ ਸਾਰਨੀ ਦਿੱਤੀ ਹੋਈ ਹੈ ਇਹਨੂੰ ਦੇਖੋ। ਇਸ ਵਿੱਚ ਕੋਈ ਵਸਤੂ ਐਕਸ ਹੈ, ਐਕਸ ਮੀਨਸ ਆਈਸਕ੍ਰੀਮ, ਕਾਰ, ਮੋਟਰਸਾਈਕਲ, ਕੁਛ ਵੀ ਹੋ ਸਕਦਾ, ਡਿਪੈਂਡਸ ਅਪੋਨ ਯੂ ਤੁਸੀਂ ਕਿਸੇ ਕਿਸ ਪ੍ਰੋਡਕਟ ਦੀ ਗੱਲ ਕਰਦੇ ਹੋ। ਪਰ ਆਪਾਂ ਇਹਨੂੰ ਇੱਕ ਜਨਰਲ ਕੰਸੈਪਟ ਲੈ ਲਈਏ, ਪ੍ਰਾਈਸ ਆਫ ਐਕਸ। ਐਕਸ ਮਤਲਬ ਕਿਸੇ ਵਸਤੂ ਦੀ ਕੀਮਤ ਹੈ। ਮੰਨ ਲਓ ਵਸਤੂ ਦੀ ਕੀਮਤ ਪਹਿਲਾਂ 10 ਰੁਪਏ ਸੀ, ਫਿਰ ਘਟੀ 6 ਹੋ ਗਈ, ਫਿਰ ਘਟ ਕੇ 2 ਹੋ ਗਈ। ਦੂਸਰੀ ਸਾਈਡ 'ਤੇ ਦੇਖੋ, ਨਾਲ ਹੀ ਕਾਲਮ ਦੇ ਵਿੱਚ ਸਾਡੇ ਕੋਲ ਉਸੇ ਵਸਤੂ ਦੀ ਡਿਮਾਂਡ ਹੈ, ਡਿਮਾਂਡ ਆਫ ਐਕਸ। ਉਸ ਵਸਤੂ ਦੀ ਮਾਰਕੀਟ ਦੇ ਵਿੱਚ ਡਿਮਾਂਡ ਕੀ ਸੀ? ਜਦੋਂ ਵਸਤੂ ਦਾ ਪ੍ਰਾਈਸ 10 ਰੁਪਏ ਸੀ ਤਾਂ ਡਿਮਾਂਡ 100 ਯੂਨਿਟਸ ਦੀ ਕੀਤੀ ਜਾ ਰਹੀ ਸੀ। ਪ੍ਰਾਈਸ ਘੱਟ ਕੇ 6 ਹੋਇਆ ਤਾਂ ਡਿਮਾਂਡ ਵੱਧ ਗਈ। ਜਿਵੇਂ ਲਾਅ ਆਫ ਡਿਮਾਂਡ 'ਚ ਦੱਸਿਆ ਸੀ ਕਿ ਡਿਮਾਂਡ ਵੱਧ ਜਾਂਦੀ ਹੈ, ਪ੍ਰਾਈਸ ਘਟਣ ਦੇ ਨਾਲ ਡਿਮਾਂਡ ਵੱਧ ਕੇ 150 ਯੂਨਿਟਸ ਹੋ ਗਿਆ, ਅਤੇ ਜੇ ਫਿਰ ਪ੍ਰਾਈਸ ਘੱਟ ਕੇ 2 ਹੋਇਆ ਤਾਂ ਡਿਮਾਂਡ ਵੱਧ ਕੇ ਜਿਹੜੀ ਡਿਮਾਂਡ ਹੈ ਉਹ ਵੱਧ ਕੇ 200 ਯੂਨਿਟਸ ਹੋ ਗਈ। ਯੈਸ, ਆਫਟਰ ਡਿਸਕ੍ਰਾਈਬਿੰਗ ਦ ਲਾਅ ਆਫ ਡਿਮਾਂਡ ਵਿਦ ਦਿਸ ਸ਼ੈਡਿਊਲ, ਜੋ ਅਸੀਂ ਸਾਰਨੀ ਬਣਾਈ ਸੀ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਫਿਗਰ ਦੇ ਰੂਪ ਦੇ ਵਿੱਚ ਇੱਕ ਡਾਇਗਰਾਮ ਬਣਾ ਕੇ, ਜਿੱਥੇ ਡਿਮਾਂਡ ਇੱਕ ਕਰਵ ਦੇ ਰੂਪ 'ਚ ਆਏਗਾ, ਉਹਦੇ ਨਾਲ ਅਸੀਂ ਕਿਵੇਂ ਦਿਖਾ ਸਕਦੇ ਹਾਂ। ਜਸਟ ਸੀ ਦਿਸ ਡਾਇਗਰਾਮ, ਧਿਆਨ ਨਾਲ ਦੇਖੋ। ਓ ਵਾਈ ਐਕਸਿਸ ਦੇ ਉੱਤੇ ਅਸੀਂ ਉਸ ਵਸਤੂ ਦਾ ਪ੍ਰਾਈਸ ਦਿਖਾਇਆ, ਇਸੇ ਤਰ੍ਹਾਂ ਓ ਐਕਸ ਐਕਸਿਸ ਦੇ ਉੱਤੇ ਅਸੀਂ ਉਸ ਵਸਤੂ ਦੀ ਜਿਹੜੀ ਡਿਮਾਂਡ ਸ਼ੋ ਕੀਤੀ ਹੈ। ਪਹਿਲਾਂ ਸਭ ਤੋਂ ਪਹਿਲਾਂ ਫਸਟ ਦੇਖੋ, ਜਦੋਂ ਵਸਤੂ ਦੀ, ਜਿਵੇਂ ਮੈਂ ਸ਼ੈਡਿਊਲ 'ਚ ਦਿਖਾਇਆ ਸੀ, ਜਦੋਂ ਵਸਤੂ ਦੀ ਕੀਮਤ 10 ਰੁਪਏ ਸੀ ਤਾਂ ਉਸ ਵਸਤੂ ਦੀ 100 ਯੂਨਿਟਸ ਦੀ ਡਿਮਾਂਡ ਹੁੰਦੀ ਹੈ। ਇਹਦੇ ਨਾਲ ਕੀ ਹੋ ਗਿਆ, ਸਾਡੇ ਕੋਲ D1 ਪੁਆਇੰਟ ਆ ਗਿਆ, ਇੱਕ ਕੋਮਨ ਪੁਆਇੰਟ, ਦੋਨੋਂ ਜਿੱਥੇ ਇੰਟਰਸੈਕਟ ਕਰ ਰਹੇ ਨੇ ਉਹਦੇ ਸਾਹਮਣੇ ਦੇ D1। ਉਸ ਤੋਂ ਬਾਅਦ ਕੀ ਹੋਇਆ, ਵਸਤੂ ਦੀ ਪ੍ਰਾਈਸ ਘੱਟ ਗਈ, ਡਾਊਨ ਆਈ, 10-6 ਆਈ। ਪ੍ਰਾਈਸ ਘਟਣ ਦੇ ਕਰਕੇ ਡਿਮਾਂਡ ਵੱਧ ਕੇ 100-150 ਹੋ ਗਈ। ਧਿਆਨ ਨਾਲ ਦੇਖੋ, ਉਧਰੋਂ 6 ਰੁਪਏ ਦੇ ਸਾਹਮਣੇ, ਅਤੇ ਨੀਚੇ ਤੁਸੀਂ ਧਿਆਨ ਨਾਲ ਦੇਖੋ 150 ਯੂਨਿਟਸ ਦੇ ਸਾਹਮਣੇ ਸਾਡੇ ਕੋਲ ਇੱਕ ਕੰਬਾਈਨਡ ਜਿਹੜਾ ਇੰਟਰਸੈਕਟਿੰਗ ਪੁਆਇੰਟ ਹੈ D2 ਆ ਗਿਆ। ਸਿਮਿਲਰਲੀ ਪ੍ਰਾਈਸ ਹੋਰ ਘਟਿਆ, 6 ਤੋਂ ਘੱਟ ਕੇ 2 ਰਹਿ ਗਿਆ, ਤਾਂ ਡਿਮਾਂਡ ਹੋਰ ਇਨਕਰੀਜ਼ ਹੋ ਕੇ 150-200 ਹੋ ਗਈ। ਅਤੇ ਥਰਡ ਪੁਆਇੰਟ ਆ ਗਿਆ D3। ਤਿੰਨਾਂ ਨੂੰ ਆਪਸ ਦੇ ਵਿੱਚ ਅਸੀਂ ਮੈਚ ਕੀਤਾ, ਜਦੋਂ ਮਿਲਾਇਆ ਤਾਂ DD, ਜਸਟ ਧਿਆਨ ਨਾਲ ਦੇਖੋ ਡਾਇਗਰਾਮ, DD ਡਿਮਾਂਡ ਕਰਵ ਇਜ਼ ਦਿਆ। ਇਹ DD ਡਿਮਾਂਡ ਕਰਵ, ਇੱਕ ਤੁਹਾਡੀ ਜਾਣਕਾਰੀ ਲਈ ਮੈਂ ਦੱਸਾਂ,
इकोनॉमिक्स ਦੇ ਵਿੱਚ ਜਿਹੜੀ ਕਰਵ ਇਸ ਤਰ੍ਹਾਂ ਦੇ ਨਾਲ ਫਰੋਮ ਲੈਫਟ ਟੂ ਰਾਈਟ ਨੀਚੇ ਨੂੰ ਝੁਕੀ ਵੀ ਹੁੰਦੀ ਹੈ ਇਹਦਾ ਸਿਰ ਦੇਖੋ ਉੱਪਰ ਤੋਂ ਸ਼ੁਰੂ ਹੋਈ ਨੀਚੇ ਤੱਕ ਝੁਕੀ ਵੀ ਹੈ ਜਿਹੜੀ ਇਸ ਕਰਵ ਨੂੰ ਅਸੀਂ ਇਕਨੋਮਿਕਸ ਦੀ ਲੈਂਗੁਏਜ ਦੇ ਵਿੱਚ ਨੈਗੇਟਿਵ ਸਲੋਪ ਵਾਲੀ ਕਰਵ ਕਹਿੰਦੇ ਨੈਗੇਟਿਵ ਕਰਵ ਨੈਗੇਟਿਵ ਕਿਉਂ ਹੈ ਬਿਕੋਜ਼ ਦੇਰ ਇਜ਼ ਅ ਨੈਗੇਟਿਵ ਰਿਲੇਸ਼ਨ ਬਿਟਵੀਨ ਪ੍ਰਾਈਸ ਐਂਡ ਦਾ ਡਿਮਾਂਡ ਕਲੀਅਰ ਅੱਗੇ ਅਸੀਂ ਗੱਲ ਕਰਾਂਗੇ ਜਿੱਥੋਂ ਨੈਗੇਟਿਵ ਹੋਰ ਕਲੀਅਰ ਹੋ ਜਾਏਗਾ ਕਿ ਪੋਜ਼ਿਟਿਵ ਕਿਵੇਂ ਹੁੰਦੀ ਹੈ ਪਹਿਲਾਂ ਨੈਗੇਟਿਵ ਕਲੀਅਰ ਹੋ ਗਈ ਜਿਹੜੀ ਥੋੜ੍ਹੀ ਜਾਣਕਾਰੀ ਲਈ ਦੱਸਦਾ ਜਿਹੜੀ ਫਰੋਮ ਲੈਫਟ ਟੂ ਰਾਈਟ ਅਪਵਰਡ ਹੋਵੇ ਉਹਨੂੰ ਅਸੀਂ ਪੋਜ਼ਿਟਿਵ ਕਰਵ ਕਹਿੰਦੇ ਹਾਂ ਜਿਹੜੀ ਲੈਫਟ ਟੂ ਰਾਈਟ ਡਾਊਨਵਰਡ ਹੋਵੇ ਨੀਚੇ ਨੂੰ ਸਿਰ ਚੁੱਕਿਆ ਹੋਇਆ ਜਸਟ ਇਸ ਸ਼ੇਪ ਦੇ ਵਿੱਚ ਤਾਂ ਜਿਵੇਂ ਇੱਥੇ ਦਿਖਾਇਆ ਹੋਇਆ DD ਇਹ ਨੈਗੇਟਿਵ ਸਲੋਪ ਵਾਲੀ ਕਰਵ ਹੈ ਦਿਸ ਇਜ਼ ਲਾਅ ਆਫ ਡਿਮਾਂਡ ਇਹਨੂੰ ਅਸੀਂ ਇੱਕ ਸ਼ੈਡਿਊਲ ਅਤੇ ਡਾਇਗਰਾਮ ਦੇ ਦੁਆਰਾ ਅਸੀਂ ਪੇਸ਼ ਕੀਤਾ ਕਲੀਅਰ ਹੋ ਗਈ ਇਹ ਗੱਲ ਨੈਕਸਟ ਇਸ਼ੂ ਜਿਹੜਾ ਸਾਡਾ ਹੈ ਉਹ ਹੈ ਅਜਮਸ਼ਨਸ ਆਫ ਲਾਅ ਆਫ ਡਿਮਾਂਡ ਮਾਨਤਾਵਾਂ ਇਹ ਕੀ ਹੁੰਦੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਇੱਕ ਲੈਟਿਨ ਭਾਸ਼ਾ ਦਾ ਵਰਡ ਹੈ ਸੈਟਰਿਸ ਪੈਰੀਵਸ ਸੈਟਰਿਸ ਪੈਰੀਵਸ ਜਿਸ ਮੀਨਸ ਜਿਸ ਦਾ ਮਤਲਬ ਕੀ ਹੁੰਦਾ ਬਾਕੀ ਗੱਲਾਂ ਸਮਾਨ ਰਹਿੰਦੇ ਵੈਨ ਅਦਰ ਥਿੰਗਸ ਰਿਮੇਨ ਸੇਮ ਇਹਨਾਂ ਨੂੰ ਹੀ ਅਸੀਂ ਵਸਤੂ ਦੀਆਂ ਲਾਅ ਆਫ ਡਿਮਾਂਡ ਦੀਆਂ ਮਾਨਤਾਵਾਂ ਜਾਂ ਅਜਮਸ਼ਨਸ ਕਹਿੰਦੇ ਹਾਂ ਤਾਂ ਹੀ ਲਾਅ ਆਫ ਡਿਮਾਂਡ ਲਾਗੂ ਹੁੰਦਾ ਜੇ ਇਹ ਵਾਲੀਆਂ ਕੰਡੀਸ਼ਨਸ ਕੋਈ ਚੇਂਜ ਨਹੀਂ ਹੋਏਗਾ ਉਹ ਕਿਹੜੀਆਂ ਕਿਹੜੀਆਂ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਇੱਕ ਗੱਲ ਸਾਫ਼ ਹੈ ਕਿ ਲਾਅ ਆਫ ਡਿਮਾਂਡ ਦੇ ਸੰਬੰਧ ਦੇ ਵਿੱਚ ਇੱਕ ਗੱਲ ਕਲੀਅਰ ਹੈ ਕਿ ਜਿਹੜੀਆਂ ਵਸਤੂਆਂ ਨੇ ਉਹ ਨੋਰਮਲ ਹੋਣੀਆਂ ਚਾਹੀਦੀਆਂ ਨੇ ਸਧਾਰਨ ਵਸਤੂਆਂ ਦੇ ਉੱਤੇ ਲਾਅ ਆਫ ਡਿਮਾਂਡ ਲਾਗੂ ਹੁੰਦਾ ਜਿਹੜੀਆਂ ਗਿਫਨ ਗੁੱਡਸ ਨੇ ਘਟੀਆ ਕਿਸਮ ਦੀਆਂ ਵਸਤੂਆਂ ਨੇ ਇਨਫੀਰੀਅਰ ਕੁਆਲਿਟੀ ਦੀ ਵਸਤੂਆਂ ਨੇ ਉਹਨਾਂ ਦੇ ਉੱਪਰ ਲਾਅ ਆਫ ਡਿਮਾਂਡ ਲਾਗੂ ਨਹੀਂ ਹੁੰਦਾ ਦਿਸ ਮੀਨਸ ਪਹਿਲੀ ਅਜੰਪਸ਼ਨ ਇਹ ਹੈ ਕਿ ਨੋਰਮਲ ਗੁੱਡ ਸ਼ੁੱਡ ਬੀ ਦੇਅਰ ਗਿਫਨ ਗੁੱਡਸ ਦੇ ਬਾਰੇ ਮੈਂ ਥੋੜ੍ਹਾ ਅੱਗੇ ਤੁਹਾਨੂੰ ਹੋਰ ਐਕਸਪਲੇਨ ਕਰਦਾ ਉਸ ਤੋਂ ਬਾਅਦ ਸੈਕਿੰਡ ਹੈ ਵੈਲਿਊ ਆਫ ਵੈਲਥ ਸ਼ੁਡਨਟ ਚੇਂਜ ਔਰ ਵਿਲ ਰਿਮੇਨ ਸੇਮ ਜਿਹੜੀ ਕਿਸੇ ਵਿਅਕਤੀ ਕੋਲ ਜਿਹਦੇ ਵਾਸਤੇ ਅਸੀਂ ਲਾਅ ਆਫ ਡਿਮਾਂਡ ਲਾਗੂ ਕਰ ਰਹੇ ਹਾਂ ਉਹਦੇ ਕੋਲ ਜਿਹੜੀ ਧਨ ਸੰਪੱਤੀ ਆ ਉਹਦੀ ਵੈਲਿਊ 'ਚ ਚੇਂਜ ਨਹੀਂ ਹੋਣਾ ਚਾਹੀਦਾ ਉਹ ਓਨੀ ਹੀ ਰਹਿਣੀ ਚਾਹੀਦੀ ਦੈਟ ਇਜ਼ ਆਲਸੋ ਵਨ ਆਫ ਦਾ ਇੰਪੋਰਟੈਂਟ ਅਜੰਪਸ਼ਨ ਆਫ ਦਿਸ ਲਾਅ ਨੈਕਸਟ ਹੈ ਫਿਊਚਰ ਐਕਸਪੈਕਟੇਸ਼ਨ ਸ਼ੁੱਡ ਰਿਮੇਨ ਸੇਮ ਭਵਿੱਖ ਦੇ ਵਿੱਚ ਕੋਈ ਬਹੁਤ ਵੱਡਾ ਚੇਂਜ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਉਹ ਸੇਮ ਰਹਿਣੀ ਚਾਹੀਦੀ ਹੈ ਐਟ ਦਿਸ ਇਜ਼ ਆਲਸੋ ਵਨ ਆਫ ਦਾ ਅਜੰਪਸ਼ਨ ਨੈਕਸਟ ਵਨ ਨੋ ਚੇਂਜ ਇਨ ਦਾ ਇਨਕਮ ਆਫ ਦਾ ਕੰਜ਼ਿਊਮਰ ਕੰਜ਼ਿਊਮਰ ਦੀ ਇਨਕਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਨਹੀਂ ਹੋਣਾ ਚਾਹੀਦਾ ਤਾਂ ਹੀ ਲਾਅ ਆਫ ਡਿਮਾਂਡ ਲਾਗੂ ਹੋਏਗਾ ਨੋ ਚੇਂਜ ਇਨ ਦਾ ਵੀ ਕੈਨ ਸੇ ਇਨ ਦਾ ਬਿਹੇਵੀਅਰ ਆਫ ਕੰਜ਼ਿਊਮਰ ਟੇਸਟ ਆਫ ਕੰਜ਼ਿਊਮਰ ਕੰਜ਼ਿਊਮਰ ਦੇ ਟੇਸਟ ਹੈਬਿਟ ਬਿਹੇਵੀਅਰ ਦੇ ਵਿੱਚ ਚੇਂਜ ਨਹੀਂ ਹੋਣਾ ਚਾਹੀਦਾ ਉਹ ਵੀ ਸੇਮ ਰਹਿਣਾ ਚਾਹੀਦਾ ਦੈਟ ਇਜ਼ ਆਲਸੋ ਵਨ ਆਫ ਦਾ ਅਜੰਪਸ਼ਨ ਇਸ ਤੋਂ ਇਲਾਵਾ ਰਿਲੇਟਡ ਜਿਹੜੀਆਂ ਕਮੋਡਿਟੀਜ਼ ਨੇ ਰਿਲੇਟਡ ਕਮੋਡਿਟੀਜ਼ ਚਾਹੇ ਸਬਸਟੀਟਿਊਟ ਕਮੋਡਿਟੀਜ਼ ਨੇ ਜਾਂ ਕੰਪਲੀਮੈਂਟਰੀ ਕਮੋਡਿਟੀਜ਼ ਨੇ ਉਹਨਾਂ ਦੇ ਵਿੱਚ ਵੀ ਕੋਈ ਚੇਂਜ ਨਹੀਂ ਉਹਨਾਂ ਦੇ ਪ੍ਰਾਈਸ ਦੇ ਵਿੱਚ ਕੋਈ ਚੇਂਜ ਨਹੀਂ ਹੋਣਾ ਚਾਹੀਦਾ ਦੀਜ਼ ਆਰ ਦਾ ਅਜੰਪਸ਼ਨਸ ਜੇਕਰ ਇਹ ਕੰਡੀਸ਼ਨ ਰਹਿਣਗੀਆਂ ਤਾਂ ਲਾਅ ਆਫ ਡਿਮਾਂਡ ਲਾਗੂ ਹੁੰਦਾ ਜੇਕਰ ਇੰਨਾ ਚੇਂਜ ਹੋ ਗਿਆ ਤਾਂ ਲਾਅ ਆਫ ਡਿਮਾਂਡ ਲਾਗੂ ਨਹੀਂ ਹੁੰਦਾ ਉਹਨੂੰ ਆਪਾਂ ਹੋਰ ਅੱਗੇ ਡਿਸਕਸ ਕਰਾਂਗੇ ਜਦੋਂ ਅਸੀਂ ਲਿਮਿਟੇਸ਼ਨਸ ਦੀ ਗੱਲ ਕਰਾਂਗੇ ਹਾਂ ਇੱਕ ਮੈਂ ਗੱਲ ਕੀਤੀ ਸੀ ਲਾਅ ਆਫ ਡਿਮਾਂਡ ਦੀ ਜਦੋਂ ਗੱਲ ਕਰਦਾ ਇੱਕ ਗੱਲ ਆਈ ਸੀ ਨੋਰਮਲ ਗੁੱਡਸ ਇੱਕ ਹੁੰਦੀਆਂ ਨੇ ਗਿਫਨ ਗੁੱਡਸ ਨੋਰਮਲ ਆਮ ਵਸਤੂਆਂ ਜਿਹੜੀਆਂ ਅਸੀਂ ਖਰੀਦਦੇ ਹਾਂ ਗਿਫਨ ਵਸਤੂਆਂ ਜਿਹੜੀਆਂ ਲਾਅ ਆਫ ਡਿਮਾਂਡ ਦੇ ਵਿੱਚ ਧਿਆਨ ਰੱਖਿਓ ਗਿਫਨ ਗੁੱਡਸ ਦੇ ਉੱਤੇ ਲਾਅ ਆਫ ਡਿਮਾਂਡ ਲਾਗੂ ਨਹੀਂ ਹੁੰਦਾ ਬਿਕੋਜ਼ ਦੇ ਆਰ ਆਫ ਇਨਫੀਰੀਅਰ ਕੁਆਲਿਟੀ ਬਹੁਤ ਘਟੀਆ ਕਿਸਮ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਅਸੀਂ ਗਿਫਨ ਗੁੱਡਸ ਕਹਿੰਦੇ ਹਾਂ ਵਨ ਥਿੰਗ ਮੋਰ ਸਟੂਡੈਂਟਸ ਵਨ ਆਫ ਦਾ ਇੰਪੋਰਟੈਂਟ ਟੋਪਿਕ ਅੰਡਰ ਲਾਅ ਆਫ ਡਿਮਾਂਡ ਇਜ਼ ਵਾਈ ਲਾਅ ਆਫ ਡਿਮਾਂਡ ਅਪਲਾਈਜ਼ ਹੁੰਦਾ ਕਿਉਂ ਹੈ ਲਾਗੂ ਔਰ ਵੀ ਕੈਨ ਸੇ ਵਾਈ ਡਸ ਦਾ ਡਿਮਾਂਡ ਕਰਵ ਸਲੋਪ ਡਾਊਨਵਰਡ ਫਰੋਮ ਲੈਫਟ ਟੂ ਰਾਈਟ ਜਿਹੜੀ ਡਿਮਾਂਡ ਕਰਵ ਹੈ ਉਹ ਨੀਚੇ ਨੂੰ ਕਿਉਂ ਚੁੱਕੀ ਹੁੰਦੀ ਹੈ ਖੱਬੇ ਤੋਂ ਸੱਜੇ ਜਾਂ ਅਸੀਂ ਕਹਿ ਸਕਦੇ ਹਾਂ ਲਾਅ ਆਫ ਡਿਮਾਂਡ ਲਾਗੂ ਕਿਉਂ ਹੁੰਦਾ ਹੈ ਵਾਈ ਵੈਰੀ ਇੰਪੋਰਟੈਂਟ ਪਾਰਟ ਆਫ ਲਾਅ ਆਫ ਡਿਮਾਂਡ ਜਨਰਲੀ ਵਿਚ ਇਜ਼ ਆਸਕ ਇਨ ਕੁਸ਼ਚਨ ਫਸਟ ਆਫ ਆਲ ਦਾ ਵਨ ਆਫ ਦਾ ਮੇਨ ਰੀਜ਼ਨ ਇਜ਼ ਦਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਘਟਦੀ ਸੀਮਾਂਤ ਉਪਯੋਗਤਾ ਦਾ ਨਿਯਮ ਇਸ ਕਰਕੇ ਲਾਅ ਆਫ ਡਿਮਾਂਡ ਲਾਗੂ ਹੁੰਦਾ ਕੀ ਹੁੰਦਾ ਇਹ ਘਟਦੀ ਸੀਮਾਂਤ ਉਪਯੋਗਤਾ ਦਾ ਨਿਯਮ ਇਹ ਹੈ ਕਿ ਜਿਸ ਤਰ੍ਹਾਂ ਹੀ ਅਸੀਂ ਕਿਸੇ ਵਸਤੂ ਦੀ ਇੱਕ ਐਕਸਟਰਾ ਯੂਨਿਟ ਨੂੰ ਪ੍ਰਯੋਗ ਕਰਦੇ ਹਾਂ ਉਸ ਤੋਂ ਮਿਲਣ ਵਾਲੀ ਉਪਯੋਗਤਾ ਪਹਿਲੀ ਵਸਤੂ ਤੋਂ ਮਿਲਣ ਵਾਲੀ ਉਪਯੋਗਤਾ ਦੇ ਮੁਕਾਬਲੇ ਘੱਟ ਹੁੰਦੀ ਹੈ ਉਸ ਤੋਂ ਸਾਨੂੰ ਯੂਟਿਲਿਟੀ ਘੱਟ ਮਿਲਦੀ ਹੈ ਇਹ ਨੈਚੁਰਲ ਹੈ ਇਹ ਜਦੋਂ ਅਸੀਂ ਕਿਸੇ ਵਸਤੂ ਦੀ ਇੱਕ ਇਕਾਈ ਦਾ ਪ੍ਰਯੋਗ ਕਰ ਲਿਆ ਜੇ ਦੁਬਾਰਾ ਉਸੇ ਟਾਈਮ ਦੇ ਉੱਤੇ ਦੂਸਰੀ ਇਕਾਈ ਦਾ ਪ੍ਰਯੋਗ ਕਰਦੇ ਹਾਂ ਉਸ ਤੋਂ ਓਨੀ ਜ਼ਿਆਦਾ ਯੂਟਿਲਿਟੀ ਸਾਨੂੰ ਨਹੀਂ ਮਿਲਦੀ ਤਾਂ ਸਾਫ਼ ਹੈ ਕੋਈ ਵਿਅਕਤੀ ਜਦੋਂ ਸਾਨੂੰ ਐਕਸਟਰਾ ਇਕਾਈ ਕਿਸੇ ਵਸਤੂ ਦੀ ਮਿਲਣ 'ਤੇ ਸੰਤੁਸ਼ਟੀ ਨਹੀਂ ਮਿਲ ਰਹੀ ਉਹਨੂੰ ਖਰੀਦੂਗਾ ਕਦੋਂ
ਕਿ ਜਦੋਂ ਪ੍ਰਾਈਸ ਹੋਰ ਵੱਜੇਗਾ ਨੈਵਰ ਉਦੋਂ ਹੀ ਖਰੀਦੇਗਾ ਜੇਕਰ ਵਸਤੂ ਦੀ ਕੀਮਤ ਘਟੇਗੀ ਤਾਂ ਹੀ ਉਹਦੀ ਐਕਸਟਰਾ ਇਕਾਈ ਪਰਚੇਜ਼ ਕਰੇਗਾ ਸੋ ਲਾਅ ਆਫ ਡਿਮਨਿਸ਼ਿੰਗ ਮਾਰਜਨ ਯੂਟਿਲਿਟੀ ਇਜ਼ ਵਨ ਆਫ ਦਾ ਮੇਨ ਕਾਜ਼ ਆਫ ਦਾ ਐਪਲੀਕੇਸ਼ਨ ਆਫ ਦਿਸ ਲਾਅ ਔਰ ਅਸੀਂ ਕਹਿ ਸਕਦੇ ਹਾਂ ਇਸ ਕਾਰਨ ਹੀ ਲਾਅ ਆਫ ਡਿਮਾਂਡ ਦੇ ਅਕੋਰਡਿੰਗਲੀ ਡਿਮਾਂਡ ਕਰਵ ਨੀਚੇ ਨੂੰ ਝੁਕੀ ਹੁੰਦੀ ਹੈ ਸੈਕਿੰਡ ਵਨ ਇਜ਼ ਦਾ ਇਨਕਮ ਇਫੈਕਟ ਜਿਹੜਾ ਰੀਅਲ ਇਨਕਮ ਇਫੈਕਟ ਹੈ ਇਟਸ ਆਲਸੋ ਵਨ ਆਫ ਦਾ ਮੇਨ ਕਾਜ਼ ਆਫ ਲਾਅ ਆਫ ਡਿਮਾਂਡਸ ਐਪਲੀਕੇਸ਼ਨ ਰੀਅਲ ਇਨਕਮ ਕੀ ਹੁੰਦੀ ਹੈ ਰੀਅਲ ਇਨਕਮ ਦਾ ਮਤਲਬ ਹੁੰਦਾ ਹੈ ਜਦੋਂ ਸਾਡੀ ਆਮਦਨ ਦੇ ਵਿੱਚ ਵਸਤੂਆਂ ਨੂੰ ਖਰੀਦਣ ਦੀ ਪਰਚੇਜ਼ਿੰਗ ਪਾਵਰ ਵੱਜੇ ਪਰਚੇਜ਼ਿੰਗ ਪਾਵਰ ਕਦੋਂ ਵਧੇਗੀ ਧਿਆਨ ਨਾਲ ਸੋਚੋ ਜਦੋਂ ਵੀ ਵਸਤੂਆਂ ਸਸਤੀਆਂ ਹੋਣਗੀਆਂ ਤਾਂ ਸਾਡੇ ਹੱਥ 'ਚ ਪੈਸਾ ਜ਼ਿਆਦਾ ਹੋਏਗਾ ਕਿਉਂਕਿ ਸਾਡਾ ਖਰਚ ਘੱਟ ਰਿਹਾ ਤਾਂ ਇਹਦਾ ਮਤਲਬ ਸਾਡੀ ਰੀਅਲ ਇਨਕਮ ਵੱਧ ਗਈ ਰੀਅਲ ਇਨਕਮ ਜਦੋਂ ਜ਼ਿਆਦਾ ਹੋਏਗੀ ਤਾਂ ਨੈਚੁਰਲੀ ਅਸੀਂ ਵਸਤੂਆਂ ਦੀ ਹੋਰ ਡਿਮਾਂਡ ਕਰਾਂਗੇ ਰੀਅਲ ਇਨਕਮ ਵਧੀ ਕਦੋਂ ਜਦੋਂ ਵਸਤੂਆਂ ਦਾ ਪ੍ਰਾਈਸ ਘਟਿਆ ਸੋ ਦੈਟ ਇਜ਼ ਆਲਸੋ ਵਨ ਆਫ ਦਾ ਮੇਨ ਕਾਜ਼ ਆਫ ਦਾ ਐਪਲੀਕੇਸ਼ਨ ਆਫ ਲਾਅ ਆਫ ਡਿਮਾਂਡ ਥਰਡ ਵਨ ਇਜ਼ ਦਾ ਸਬਸਟੀਟਿਊਸ਼ਨ ਇਫੈਕਟ ਪ੍ਰਤੀਸਥਾਪਨ ਇਫੈਕਟ ਹੈ ਜਿਹੜਾ ਪ੍ਰਭਾਵ ਹੈ ਇਹ ਵੀ ਲਾਅ ਆਫ ਡਿਮਾਂਡ ਦੇ ਅਪਲਾਈ ਹੋਣ ਦਾ ਇੱਕ ਕਾਰਨ ਹੈ ਧਿਆਨ ਨਾਲ ਸੋਚੋ ਜਦੋਂ ਵਸਤੂ ਕੋਈ ਡੀਰਰ ਹੈ ਮਹਿੰਗੀ ਹੈ ਮਤਲਬ ਕੋਸਟਲੀ ਹੈ ਕੋਈ ਵਸਤੂ ਅਤੇ ਸਾਡੇ ਕੋਲ ਉਹਦਾ ਸਬਸਟੀਟਿਊਟ ਮਾਰਕੀਟ 'ਚ ਅਵੇਲੇਬਲ ਹੈ ਜਿਹੜੀ ਕਿ ਸਸਤੀ ਹੈ ਤਾਂ ਨੈਚੁਰਲੀ ਕੰਜ਼ਿਊਮਰ ਸਸਤੀ ਵਸਤੂ ਨੂੰ ਪਰਚੇਜ਼ ਕਰੇਗਾ ਅਤੇ ਮਹਿੰਗੀ ਵਸਤੂ ਦੀ ਜਿਹੜੀ ਡਿਮਾਂਡ ਘੱਟ ਜਾਏਗੀ ਅਤੇ ਸਸਤੀ ਦੀ ਡਿਮਾਂਡ ਵੱਜੇਗੀ ਅਤੇ ਲਾਅ ਆਫ ਡਿਮਾਂਡ ਇਹੀ ਤਾਂ ਕਹਿ ਰਿਹਾ ਕਿ ਜੇ ਪ੍ਰਾਈਸ ਘੱਟਦਾ ਤਾਂ ਨੈਚੁਰਲੀ ਡਿਮਾਂਡ ਵੱਜਣ ਦੀ ਹੈ ਇਸ ਕਰਕੇ ਸਬਸਟੀਟਿਊਸ਼ਨ ਇਫੈਕਟ ਵੀ ਇੱਕ ਕਾਰਨ ਹੈ ਲਾਅ ਆਫ ਡਿਮਾਂਡ ਦੇ ਇਸ ਤੋਂ ਇਲਾਵਾ ਇੱਕ ਕਾਰਨ ਹੈ ਲਾਅ ਆਫ ਡਿਮਾਂਡ ਦਾ ਲਾਗੂ ਹੁੰਦਾ ਅਲਟਰਨੇਟਿਵ ਯੂਜਿਜ਼ ਆਫ ਦਾ ਕਮੋਡਿਟੀਜ਼ ਇੱਕ ਵਸਤੂ ਦੇ ਕਈ ਕਈ ਪ੍ਰਯੋਗ ਹੁੰਦੇ ਨੇ ਦੁੱਧ ਦਾ ਪ੍ਰਯੋਗ ਅਸੀਂ ਪਨੀਰ ਵਾਸਤੇ ਕਰ ਸਕਦੇ ਹਾਂ ਪੀਣ ਵਾਸਤੇ ਕਰ ਸਕਦੇ ਹਾਂ ਚਾਹ ਕੌਫੀ ਵਾਸਤੇ ਕਰ ਸਕਦੇ ਹਾਂ ਵੀ ਦੁੱਧ ਨੂੰ ਅਸੀਂ ਡਿਫਰੈਂਟ ਟਾਈਪ ਦੀਆਂ ਸਵੀਟਸ ਬਣਾਉਣ ਲਈ ਵੀ ਪ੍ਰਯੋਗ ਕਰਦੇ ਹਾਂ ਆਈਸਕ੍ਰੀਮ ਬਣਾਉਣ ਲਈ ਪ੍ਰਯੋਗ ਕਰ ਸਕਦੇ ਹਾਂ ਪਰ ਧਿਆਨ ਨਾਲ ਸੋਚੋ ਜੇ ਦੁੱਧ ਦੀ ਕੀਮਤ ਜ਼ਿਆਦਾ ਹੈ ਮੰਨ ਲਓ ਦਾ ਰੇਟ ਆਫ ਦਾ ਮਿਲਕ ਇਜ਼ ਹਾਇਰ ਇਨ ਦਾ ਮਾਰਕੀਟ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਸਾਡੇ ਲਈ ਸਭ ਤੋਂ ਜ਼ਿਆਦਾ ਵੱਡੀ ਨੈਸੈਸਿਟੀ ਹੈ ਦੁੱਧ ਦੇ ਪ੍ਰਤੀ ਪਹਿਲਾਂ ਅਸੀਂ ਉਹਨੂੰ ਪੂਰਾ ਕਰਾਂਗੇ ਬਾਕੀ ਸਾਡੀ ਜਿਹੜੀਆਂ ਐਡੀਸ਼ਨਲ ਜ਼ਰੂਰਤਾਂ ਨੇ ਉਹ ਬਾਅਦ 'ਚ ਪੂਰਾ ਕਰਾਂਗੇ ਜੇਕਰ ਦੁੱਧ ਦੀ ਕੀਮਤ ਘਟੀ ਹਰ ਵਾਰ ਜ਼ਰੂਰੀ ਨਹੀਂ ਨਾ ਮਹਿੰਗਾ ਦੁੱਧ ਖਰੀਦ ਕੇ ਮਿਠਾਈ ਹੀ ਬਣਾਉਣੀ ਹੈ ਪਹਿਲਾਂ ਘਰ ਦੇ ਵਿੱਚ ਬਿਮਾਰ ਨੂੰ ਦੁੱਧ ਚਾਹੀਦਾ ਬੱਚੇ ਨੂੰ ਦੁੱਧ ਚਾਹੀਦਾ ਚਾਹ ਕੌਫੀ ਜੋ ਸਾਡਾ ਰੂਟੀਨ ਹੈ ਉਹਦੇ ਵਾਸਤੇ ਚਾਹੀਦਾ ਇਹ ਉਦੋਂ ਹੀ ਹੋਏਗਾ ਜੇਕਰ ਦੁੱਧ ਸਸਤਾ ਹੋ ਗਿਆ ਤਾਂ ਅਸੀਂ ਦੁੱਧ ਦੀ ਹੋਰ ਡਿਮਾਂਡ ਕਰਨ ਲੱਗ ਜਾਂਦੇ ਕਿਉਂਕਿ ਸਾਨੂੰ ਪਤਾ ਕਿਉਂਕਿ ਅਲਟਰਨੇਟਿਵ ਯੂਜਿਸ ਅਸੀਂ ਉਹਦੀ ਕਰਾਂਗੇ ਜੇਕਰ ਵਸਤੂ ਦਾ ਪ੍ਰਾਈਸ ਘਟਿਆ ਦਿਸ ਮੀਨਸ ਵਾਟ ਆਈ ਐਮ ਵਾਂਟ ਟੂ ਸੇ ਅਲਟਰਨੇਟਿਵ ਯੂਜਿਸ ਜਦੋਂ ਉਦੋਂ ਹੁੰਦੇ ਨੇ ਜਦੋਂ ਪ੍ਰਾਈਸ ਘੱਟਦਾ ਹੈ ਭਾਵ ਉਦੋਂ ਡਿਮਾਂਡ ਵੱਧ ਜਾਂਦੀ ਹੈ ਅਤੇ ਜੇਕਰ ਪ੍ਰਾਈਸ ਵਧਿਆ ਹੋਇਆ ਤਾਂ ਅਸੀਂ ਅਲਟਰਨੇਟਿਵ ਯੂਜ਼ ਨਹੀਂ ਕਰਦੇ ਪਹਿਲਾਂ ਨੈਸੈਸਿਟੀ ਦੇ ਪਰਪਸ ਦੇ ਹਿਸਾਬ ਨਾਲ ਅਸੀਂ ਉਸ ਵਸਤੂ ਦਾ ਪ੍ਰਯੋਗ ਕਰਦੇ ਹਾਂ ਅਤੇ ਡਿਮਾਂਡ ਘੱਟ ਜਾਂਦੀ ਹੈ ਇਸ ਤੋਂ ਇਲਾਵਾ ਸਾਈਜ਼ ਆਫ ਕੰਜ਼ਿਊਮਰ ਗਰੁੱਪ ਜਿਹੜਾ ਉਪਭੋਗਤਾ ਦਾ ਸਮੂਹ ਹੈ ਉਹਦਾ ਵੀ ਇਫੈਕਟ ਪੈਂਦਾ ਵੀ ਲਾਅ ਆਫ ਡਿਮਾਂਡ 'ਤੇ ਜਿਸ ਕਰਕੇ ਲਾਅ ਆਫ ਡਿਮਾਂਡ ਲਾਗੂ ਹੁੰਦਾ ਹੈ ਧਿਆਨ ਨਾਲ ਸੋਚੋ ਜਦੋਂ ਵਸਤੂ ਦੀ ਕੀਮਤ ਜ਼ਿਆਦਾ ਤਾਂ ਕੁਝ ਅਮੀਰ ਲੋਕ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਉਹੀ ਖਰੀਦ ਸਕ ਰਹੇ ਨੇ ਤਾਂ ਉਸ ਹਾਲਤ ਦੇ ਵਿੱਚ ਵਸਤੂ ਦੀ ਡਿਮਾਂਡ ਘੱਟ ਹੈ ਜੇਕਰ ਵਸਤੂ ਦੀ ਕੀਮਤ ਘੱਟ ਜੇ ਅਤੇ ਉਹਨੂੰ ਆਮ ਲੋਕ ਵੀ ਖਰੀਦਣ ਲੱਗ ਜਾਂਦੇ ਨੇ ਇਹਦਾ ਮਤਲਬ ਕੰਜ਼ਿਊਮਰ ਦਾ ਸਾਈਜ਼ ਵੱਧ ਗਿਆ ਪਹਿਲਾਂ ਕੁਛ ਲੋਕ ਖਰੀਦ ਰਹੇ ਸੀ ਕੰਜ਼ਿਊਮਰ ਦਾ ਸਾਈਜ਼ ਥੋੜ੍ਹਾ ਸੀ ਜਦੋਂ ਮਹਿੰਗੀ ਸੀ ਜਦੋਂ ਵਸਤੂ ਸਸਤੀ ਹੋਈ ਤਾਂ ਕੰਜ਼ਿਊਮਰ ਦਾ ਸਾਈਜ਼ ਵੱਧ ਗਿਆ ਦੂਸਰੇ ਲੋਕਾਂ ਨੇ ਵੀ ਖਰੀਦਣਾ ਸ਼ੁਰੂ ਕਰਤਾ ਅਤੇ ਨੈਚੁਰਲੀ ਉਸ ਹਾਲਤ 'ਚ ਡਿਮਾਂਡ ਵੱਧ ਗਈ ਤਾਂ ਉਸ ਇਹ ਕਾਰਨ ਵੀ ਹੈ ਜਿਸ ਕਰਕੇ ਲਾਅ ਆਫ ਡਿਮਾਂਡ ਲਾਗੂ ਹੁੰਦਾ ਸੋ ਦੀਜ਼ ਆਰ ਦਾ ਕਾਜ਼ਿਜ਼ ਆਫ ਲਾਅ ਆਫ ਡਿਮਾਂਡ ਵੀ ਕੈਨ ਸੇ ਦੈਟ ਇਜ਼ ਵਾਈ ਦਾ ਲਾਅ ਆਫ ਡਿਮਾਂਡ ਅਪਲਾਈਜ਼ ਔਰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਹੀ ਕਾਰਨ ਹੈ ਕਿ ਡਿਮਾਂਡ ਕਰਵ ਖੱਬੇ ਤੋਂ ਸੱਜੇ ਨੀਚੇ ਨੂੰ ਚੁੱਕੀ ਹੁੰਦੀ ਹੈ ਅਤੇ ਨੈਗੇਟਿਵ ਸਲੋਪ ਹੁੰਦੀ ਹੈ ਲਾਅ ਆਫ ਡਿਮਾਂਡ ਦਾ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਤੁਹਾਡੇ ਨਾਲ ਮੈਂ ਡਿਸਕਸ ਕਰ ਰਿਹਾ ਐਗਜ਼ਾਮ 'ਚ ਜਨਰਲੀ ਪੁੱਛਿਆ ਜਾਂਦਾ ਲਿਮਿਟੇਸ਼ਨਸ ਔਰ ਐਕਸੈਪਸ਼ਨਸ ਆਫ ਲਾਅ ਆਫ ਡਿਮਾਂਡ ਲਾਅ ਆਫ ਡਿਮਾਂਡ ਦੇ ਅਪਵਾਦ ਕੀ ਨੇ ਸੀਮਾਵਾਂ ਕੀ ਨੇ ਭਾਵ ਜਿੱਥੇ ਲਾਅ ਆਫ ਡਿਮਾਂਡ ਲਾਗੂ ਨਹੀਂ ਹੁੰਦਾ ਲਾਅ ਆਫ ਡਿਮਾਂਡ ਕੀ ਕਹਿੰਦਾ ਕਿ ਜੇਕਰ ਪ੍ਰਾਈਸ ਘੱਟਦਾ ਡਿਮਾਂਡ ਵੱਧ ਜਾਂਦੀ ਹੈ ਪ੍ਰਾਈਸ ਵੱਧਦਾ ਡਿਮਾਂਡ ਘੱਟ ਜਾਂਦੀ ਹੈ ਅਤੇ ਨੈਗੇਟਿਵ ਸਲੋਪ ਹੁੰਦੀ ਹੈ ਲੇਕਿਨ ਜੇ ਇਸ ਤੋਂ ਉਲਟ ਹੋਵੇ ਪ੍ਰਾਈਸ ਵਧੇ ਡਿਮਾਂਡ ਵੱਧ ਜੇ ਪ੍ਰਾਈਸ ਘਟੇ ਡਿਮਾਂਡ ਘੱਟ ਜੇ ਅਤੇ ਫਿਰ ਸਲੋਪ ਅਪਵਰਡ ਹੋਏਗੀ ਜਿਹਨੂੰ ਆਹ ਵਾਲੀ ਬਣੀ ਹੋਈ ਇਸ ਕਰਵ ਨੂੰ ਮੈਂ ਕਹਿ ਰਿਹਾ ਸੀ ਇਹ ਪੋਜ਼ਿਟਿਵ ਸਲੋਪ ਹੈ ਇੱਥੇ ਪੋਜ਼ਿਟਿਵ ਰਿਲੇਸ਼ਨ ਹੈ ਪ੍ਰਾਈਸ ਵਧੇਗਾ ਤਾਂ ਡਿਮਾਂਡ ਵਧੇਗੀ ਪ੍ਰਾਈਸ ਘਟੇਗਾ ਤਾਂ ਡਿਮਾਂਡ ਘਟੇਗੀ ਇਸ ਟਾਈਪ ਦੀ ਕਰਵ ਨੂੰ ਇਕਨੋਮਿਕਸ ਦੀ ਲੈਂਗੁਏਜ ਦੇ ਵਿੱਚ ਪੋਜ਼ਿਟਿਵ ਕਰਵ ਕਹਿੰਦੇ ਨੇ ਕਿਉਂਕਿ ਪੋਜ਼ਿਟਿਵ ਰਿਲੇਸ਼ਨ ਹੈ ਜਾਂ ਤਾਂ ਦੋਨੋਂ ਵੱਧਦੇ ਨੇ ਜਾਂ ਦੋਨੋਂ ਘਟਦੇ ਨੇ ਪੋਜ਼ਿਟਿਵ ਰਿਲੇਸ਼ਨ ਵਾਲੀ ਕਰਵ ਇਹ ਹੁੰਦੀ ਹੈ ਹੁਣ ਲਾਅ ਆਫ ਡਿਮਾਂਡ ਦੇ ਵਿੱਚ ਇਹੋ ਜਿਹੀ ਹਾਲਤ ਕਦੋਂ ਹੋ ਸਕਦੀ ਹੈ ਜਿੱਥੇ ਲਾਅ ਆਫ ਡਿਮਾਂਡ ਲਾਗੂ ਨਹੀਂ ਹੁੰਦਾ ਫੋਰ ਯੋਰ ਕਾਇੰਡ ਇਨਫੋਰਮੇਸ਼ਨ ਮੈਂ ਦੱਸਾਂ ਬੜੇ ਇੱਕ ਫੇਮਸ ਇਕਨੋਮਿਕਸਟ ਹੋਏ ਨੇ ਸਰ ਰੋਬਰਟ ਗਿਫਨ
सर रॉबर्ट गिफन ने लॉ ऑफ डिमांड का विरोध किया कि यह बहुत सारी कंडीशन के विच अप्लाई नहीं होंदा, इस करके इस विरोधावास नू गिफन्स पैराडॉक्स कहा जाता है। गिफन्स पैराडॉक्स क्योंकि गिफन ने इसका विरोध किया सी लॉ ऑफ डिमांड का कि अप्लाई नहीं होंदा बहुत सारिया कंडीशन के विच। किहड़ियां कंडीशन ने जिदे विच सब तो पहला ध्यान नाल देखो आर्टिकल ऑफ डिस्प्ले जिहड़ी दिखावे दीआं वस्तुआं ने, शानो शौकत दीआं वस्तुआं ने, लग्जरीस वस्तुआं ने, बहुत महंगीआं महंगीआं कारां, हीरे जवाहरात, इहदे बारे एक जनरली अमीर लोगों की एक साइकोलॉजी होंदी है। जेकर ये महंगीआं होण तां इहनूं होर खरीदते हैं क्योंकि स्टेटस सिंबल, मैं आम लोगों की गल नहीं कर रहा। तो जेकर थोड़ी जी सस्ती होगी तो खरीदते हैं, नहीं सस्ती नूं खरीदना की फायदा, साडा स्टेटस नहीं बनना। तो उत्थे वो वस्तुओं की डिमांड घट करते हैं, तो उस हाल ध्यान नाल सोचो जी आर्टिकल ऑफ स्टेटस वाली ने, आर्टिकल ऑफ डिस्प्ले वाली ने, दिखावे की वस्तुआं ने, उत्थे लॉ ऑफ डिमांड लागू नहीं होंदा। नेक्स्ट वन इज इनफीरियर गुड्स, घटिया किस्म दी जिहड़ियां वस्तुआं ने, इनफीरियर गुड्स ने, जिन्हां नूं गिफन गुड्स का नाम भी दिता गया, इन्हां दे उत्ते लॉ ऑफ डिमांड लागू नहीं होंदा। जिस वस्तु के बारे पहले ही मशहूर है कि वह बहुत घटिया है, बहुत घटिया दर्जे की है, जो होर सस्ती होगी तो कंज्यूमर के मन चाहता है, तो होर घटिया होगी होनी तो वो डिमांड घटा देता है, तो जेकर थोड़ा जा रेट वजे फिर वो डिमांड वधांदा है। अदरवाइज घटिया वस्तुओं के केस के लॉ ऑफ डिमांड लागू नहीं होंदा, कीमत घटन के नाल डिमांड कमी आ जाती है। थर्ड वन इज द इग्नोरेंस ऑफ द कंज्यूमर, कंज्यूमर की अज्ञानता, उपभोक्ता जोड़ा है वह अज्ञान है, कई बार उन्होंने को सारी नॉलेज नहीं होंगी। ए मतलब की है, कंज्यूमर के मन के एक अज्ञानता यह भी है, एक आम ट्रेंड है कि जे वस्तु की कीमत घट गई तो यह घटिया होनी, ए मतलब इस कोई नुकस होना, इस तरह की कंडीशन भी देखने मिलती है। तो उस हालत के कंज्यूमर की उस अज्ञानता के कारण वस्तु का प्राइस घटन के बावजूद भी कई बारी डिमांड घट जाती है, वधदी नहीं। बहुत सारे कंज्यूमर अज्ञानता बस उस वस्तु को खरीदना बंद कर देते हैं क्योंकि उन्होंने ये होंगे कि सस्ती होने का मतलब घटिया हो गया। इस हालत के भी लॉ ऑफ डिमांड लागू नहीं होंगे। एक है एबनॉर्मल सरकमस्टांसिस, जो असाधारण स्थितियां ने, वॉर लाइक सिचुएशन है, कोविड वर्गी सिचुएशन है, वर्स होने की होर संभावनावान हो, ध्यान न सोचो इस चीज़ बारे, हर्ड आ गए, फ्लड इज देयर, तूफान आ गया बहुत बड़ा, जा उस हालत के जेकर एडवर्स हालात ने तो उस हालत के लॉ ऑफ डिमांड लागू नहीं होंदा। इट्स आल्सो वन ऑफ द लिमिटेशन ऑफ लॉ ऑफ डिमांड, क्योंकि जे हालात वर्स ने थोड़ा रेट वधन दे भी कंज्यूमर डिमांड ज़्यादा करते हैं क्योंकि मन के एक्सपैक्टेशन ने हालात माड़े ने, तो होर वधन की संभावनावान होंदिया ने, इस करके भी लॉ ऑफ डिमांड एडवर्स कंडीशन के लागू नहीं होंदा। ध्यान रखो इन एबनॉर्मल सरकमस्टांसिस कहते हैं, एबनॉर्मल सरकमस्टांसिस के केस के जिन्होंने असाधारण हालत कहते हैं, लॉ ऑफ डिमांड अप्लाई नहीं होंदा। एक बड़ी इंपॉर्टेंट लिमिटेशन है चेंज इन कंज्यूमर इनकम, जेकर कंज्यूमर की इनकम चेंज हो गया फिर भी लॉ ऑफ डिमांड अप्लाई नहीं होंदा। किस तरह मान लो कंज्यूमर मार्केट कोई चीज़ परचेज कर गया, थोड़ी महंगी होगी, लॉ ऑफ डिमांड के अकॉर्डिंग वो वस्तु खरीदनी नहीं चाहिए थी, पर उन्होंने ये भी पता लगे उसकी इनकम बहुत ज़्यादा बढ़ गई, उसकी लॉटरी निकल गई, असाधारण रूप से इनकम में वाधा हो गया, तो उस वस्तु की डिमांड घटती थान से ज़्यादा करन लग सकता है। उस हालत के भी लॉ ऑफ डिमांड लागू नहीं होंदा। दैट इज़ आलसो वन ऑफ द लिमिटेशन ऑफ लॉ ऑफ डिमांड। बड़ा इंपॉर्टेंट लिमिटेशन है चेंज इन द प्रेफरेंस ऑफ कंज्यूमर, कंज्यूमर का पहला टेस्ट से किसी वस्तु के टेस्ट नहीं रहा, वह फैशन नहीं रहा, वह हैबिट्स के वस्तु बाहर होगी, उस हालत के लॉ ऑफ डिमांड लागू नहीं होता क्योंकि वस्तु का प्राइस बदलने के बावजूद भी कंज्यूमर उसकी डिमांड नहीं करता। दैट इज आलसो इंपॉर्टेंट लिमिटेशन चेंज इन द प्राइस ऑफ रिलेटड कमोडिटीज, रिलेटड कमोडिटीज के प्राइस के जेकर चेंज हो जाए तो भी लॉ ऑफ डिमांड लागू नहीं होता। सानू सारयां नू पता है रिलेटड कमोडिटीज दो तरह दी सब्स्टिट्यूशन एंड कंप्लीमेंट्री, जे कोरोना के प्राइस के चेंज होंगे तो जिस वस्तु की असं डिमांड करते हैं एज ए कंज्यूमर उपर लॉ ऑफ डिमांड अप्लाई नहीं होंगे। इस अलावा एक इंपॉर्टेंट है चेंज इन फ्यूचर एक्सपैक्टेशन, भविख के जो होने वाले परिवर्तन है वड्डा चेंज होने की संभावना हो भी लॉ ऑफ डिमांड लागू नहीं होंगे। दीज आर द लिमिटेशंस। सो स्टूडेंट्स आई थिंक आई हैव डिस्कस टूडे इन वेरी डिटेल द कंप्लीट लॉ ऑफ डिमांड, हर पहलू तो मैं उन्होंने डिस्कस किया, हर एक कॉन्सैप्ट असी शामिल किया, जोड़ा हिस्सा क्लीयर नहीं वीडियो दे उस हिस्से जाके देखो, तो नीचे कमेंट बॉक्स क्वेश्चन पाओ, तो बड़ी जल्दी इस तो बाद बहुत सारे होर वीडियोज़ आने वाले ने, तो बहुत सारे वीडियोज़ इकनोमिक्स से कॉमर्स न रिलेटेड ऑलरेडी मेरे इस चैनल पर ने जानकारी, तो एक बार फिर मैं थोड़े सामने हाजिर होवगा कुछ होर नवी वीडियोज़ के नाल। मैं थोड़ा अपना ही तो आशीष शर्मा थोड़े ही हित दे बड़ी जल्दी इतने आने वाला है,
ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਥੈਂਕ ਯੂ ਵੈਰੀ ਮੱਚ।